ਨਹੀਂ ਭੁੱਲਦਾ ਅਸੀਂ ਸ਼ਹੀਦਾਂ ਨੂੰ ਸਨਮਾਨਿਤ ਕਰਦੇ ਹਾਂ ਉਹਨਾਂ ਨੂੰ ਸਲਾਮ ਕਰਦੇ ਹਾਂ ਪਰ ਉਹਨਾਂ ਦੇ ਪਰਿਵਾਰਾਂ ਦੇ ਜੋ ਹਾਲਾਤ ਹੁੰਦੇ ਨੇ ਉਹਨਾਂ ਦੀ ਜੋ ਹਾਲਤ ਹੁੰਦੀ ਹੈ ਉਹ ਵੇਖੀ ਨਹੀਂ ਜਾਂਦੀ ਅਸੀਂ ਲਗਾਤਾਰ ਨਮਨ ਕਰ ਰਹੇ ਹਾਂ ਅਸੀਂ ਲਗਾਤਾਰ ਸ਼ਰਧਾਂਜਲੀਆ ਭੇਟ ਕਰ ਰਹੇ ਹਾਂ ਪਰ ਇਹ ਗੱਲ ਵੀ ਸੱਚ ਹੈ ਕਿ ਉਹਨਾਂ ਦੇ ਪਰਿਵਾਰ ਜੜੇ ਨੇ ਉਹਨਾਂ ਨੂੰ ਉਹਨਾਂ ਦੇ ਪੁੱਤ ਹੁਣ ਕਦੀ ਵਾਪਸ ਨਹੀਂ ਮਿਲਣਗੇ ਕੁੰਨੂਰ ਤਾਮਿਲਨਾਡੂ ਹੈਲੀਕਾਪਟਰ ਕ੍ਰੈਸ਼ ਇਸ ਹਾਦਸੇ ਵਿੱਚ 13 ਸ਼ਹਾਦਤਾਂ ਹੋਈਆਂ 13 ਜਾਨਾਂ ਗਈਆਂ ਜਿਸ ਵਿੱਚ ਜਨਰਲ ਵਿਪਨ 라ਵਤ ਵੀ ਸੀ ਉਹਨਾਂ ਦੀ ਪਤਨੀ ਵੀ ਸੀ ਤੇ ਟੋਟਲ 13 ਲੋਕਾਂ ਨੇ ਸ਼ਹਾਦਤਾਂ ਪਾਈਆਂ ਇਸ ਦਰਮਿਆਨ ਹੁਣ ਅੰਤਮ ਸੰਸਕਾਰ ਹੋ ਰਹੇ ਨੇ ਗੁਰਸੇਵਕ ਦੀ ਨਾਇਕ ਗੁਰਸੇਵਕ ਦੀ ਸ਼ਹੀਦ ਗੁਰਸੇਵਕ ਦੀ ਮ੍ਰਿਤਕ ਦੇ ਜੜੀ ਹੈ ਉਹਨਾਂ ਦੇ ਪਿੰਡ ਤਰਨਤਾਰਨ ਦੇ ਪਿੰਡ ਪਹੁੰਚ ਚੁੱਕੀ ਹੈ ਤੇ ਉਸ ਤੋਂ ਬਾਅਦ ਸਰਕਾਰੀ ਸਨਮਾਨਾਂ ਦੇ ਨਾਲ ਕੁਝ ਹੀ ਵਕਤ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਏਗਾ ਬੁੱਧਵਾਰ ਨੂੰ ਹੋਏ ਹੈਲੀਕਾਪਟਰ ਹਾਦਸੇ ਨੇ ਹਰ ਕਿਸੇ ਨੂੰ ਚੰਜੋੜ ਕੇ ਰੱਖ ਦਿੱਤਾ ਹੈ ਪੂਰੇ ਦੇ ਪੂਰਾ ਦੇਸ਼ ਇਹਨਾਂ ਵੀਰ ਜਵਾਨਾਂ ਨੂੰ ਯਾਦ ਕਰ ਰਿਹਾ ਹੈ ਉਹਨਾਂ ਨੂੰ ਆਖਰੀ ਸਲਾਮ ਕਰ ਰਿਹਾ ਹੈ ਹੰਝੂ ਵਹਾ ਰਿਹਾ ਹੈ ਭਿਆਨਕ ਹਾਦਸੇ ਵਿੱਚ ਚੀਫ ਆਫ ਡਿਫੈਂਸ ਸਟਾਫ ਸੀ ਡੀ ਐਸ ਜਨਰਲ ਵਿਪਨ रावत ਉਹਨਾਂ ਦੀ ਪਤਨੀ ਮਧੂ ਲਿਕਾ ਸਮੇਤ 13 ਲੋਕਾਂ ਦੀ ਮੌਤ ਹੋ ਗਈ ਸੀ ਤਾਮਿਲਨਾਡੂ ਦੇ ਕੁੰਨੂਰ ਵਿੱਚ ਬੁੱਧਵਾਰ ਨੂੰ ਹੈਲੀਕਾਪਟਰ ਹਾਦਸੇ ਵਿੱਚ ਹੋਰ ਵੀ ਬਹੁਤ ਸਾਰੇ ਲੋਕਾਂ ਦੀ ਜਾਨ ਗਈ 13 ਲੋਕਾਂ ਦੀ ਮੌਤ ਹੋਈ ਸੀ ਸੋ ਇਹ ਜਿਹੜੇ ਵੀਰ ਜਵਾਨ ਨੇ ਇਹਨਾਂ ਦੇ ਅੰਤਮ ਸੰਸਕਾਰ ਜਿਹੜੇ ਨੇ ਉਹ ਹੋ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਸੀਡੀਐਸ ਵਿਪਨ ਰਾਵਤ ਦੀ ਸੁਰੱਖਿਆ ਵਿੱਚ ਤਾਇਨਾਤ ਜਵਾਬਸ ਗੁਰਸੇਵਕ ਵੀ ਸ਼ਹੀਦ ਹੋਇਆ ਸੀ ਤੇ ਪਿਤਾ ਇਹਨਾਂ ਦੇ ਪਿਤਾ ਤੇ ਪਿਤਾ ਤੇ ਪਤਨੀ ਬੇਸੁੱਧ ਹੋ ਗਏ ਸਨ ਬੱਚੇ ਪਾਪਾ ਪਾਪਾ ਚਿਕਰੇ ਸੰਕੁਜੀ ਵਕਤ ਦੇ ਵਿੱਚ ਇਹਨਾਂ ਦਾ ਅੰਤਮ ਸੰਸਕਾਰ ਜਿਹੜਾ ਹੈ ਉਹ ਕਰ ਦਿੱਤਾ ਜਾਏਗਾ ਇਹਨਾਂ ਦੇ ਜੱਦੀ ਪਿੰਡ ਡੋਡੇ ਸੋਡੀਆਂ ਦੇ ਵਿੱਚ ਇਹਨਾਂ ਦਾ ਅੰਤਮ ਸੰਸਕਾਰ ਤਰਨਤਾਰਨ ਦੇ ਵਿੱਚ ਇਹਨਾਂ ਦਾ ਪਿੰਡ ਪੈਂਦਾ ਉੱਥੇ ਇਹਨਾਂ ਦਾ ਅੰਤਮ ਸੰਸਕਾਰ ਜਿਹੜਾ ਹੈ ਉਹ ਕੀਤਾ ਜਾਏਗਾ